ਸੋ ਕੈਨੇਡਾ ਵਿੱਚ ਮੌਜੂਦਾ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਉਸ ਤੋਂ ਬਾਅਦ ਸਟੱਡੀ ਵੀਜ਼ਾ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਡਾਊਟਸ ਆ ਚੁੱਕੇ ਨੇ ਆਲਰੇਡੀ ਕਿ ਅਸੀਂ ਹੁਣ ਕੀ ਕਰੀਏ ਕਿਉਂਕਿ ਜੋ ਉਮੀਦਾਂ ਲਗਾ ਕੇ ਸਟੂਡੈਂਟਸ ਬੈਠੇ ਸੀ ਕਿ ਅਸੀਂ ਅਪਲਾਈ ਕਰਾਂਗੇ ਸਾਡਾ ਵੀਜ਼ਾ ਆ ਜਾਏਗਾ ਅਸੀਂ ਕੈਨੇਡਾ ਪਹੁੰਚ ਜਾਵਾਂਗੇ ਫਿਲਹਾਲ ਸਭ ਚੀਜ਼ਾਂ ਰੁਕਦੀਆਂ ਨਜ਼ਰ ਆ ਰਹੀਆਂ ਨੇ ਪਰ ਇੱਥੇ ਸਟੂਡੈਂਟ ਇਹ ਵੀ ਚਾਹੁੰਦਾ ਹੈ ਕਿਤੇ ਰੁਕਣ ਦੇ ਨਾਲ ਸਾਡੀ ਪ੍ਰੋਫਾਈਲ ਵਿੱਚ ਗੈਪ ਅਗਰ ਹੋ ਗਿਆ ਤਾਂ ਅਸੀਂ ਤਾਂ ਹੋਰ ਕਿਤੇ ਵੀ ਨਹੀਂ ਅਪਲਾਈ ਕਰ ਸਕਾਂਗੇ ਆਖਿਰ ਇਸ ਸਮੇਂ ਸਟੂਡੈਂਟ ਕਰੇ ਕੀ ਸੋ ਇਸੇ ਸਵਾਲ ਦਾ ਜਵਾਬ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਰਾਈਟ ਗਾਈਡੈਂਸ ਤੁਹਾਨੂੰ ਅੱਜ ਦੇਣਗੇ ਨੈਵੀਗੇਟਰਸ ওভারਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਸੋ ਮੈਮ ਕੈਨੇਡਾ ਨੂੰ ਲੈ ਕੇ ਜੋ ਇਹ ਦੁਚਿੱਤੀ ਵਾਲੀ ਸਥਿਤੀ ਬਣ ਗਈ ਹੈ ਸਟੂਡੈਂਟ ਜਿਹੜਾ ਪਰੇਸ਼ਾਨ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਅੱਗੋਂ ਦੀ ਪਿਕਚਰ ਕੁਝ ਵੀ ਕਲੀਅਰ ਨਜ਼ਰ ਨਹੀਂ ਆ ਰਹੀ ਹੈ ਇਸ ਸਮੇਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਤੁਸੀਂ ਤਕਰੀਬਨ 26-27 ਸਟੂਡੈਂਟ ਨੂੰ ਗਾਈਡ ਕਰਦੇ ਆ ਰਹੇ ਹੋ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਦਲਦੀਆਂ ਵੀ ਤੁਸੀਂ ਵੇਖੀਆਂ ਪਰ ਜੋ ਹੁਣ ਸਥਿਤੀ ਬਣੀ ਹੈ ਇਸ ਨੂੰ ਵੇਖਦੇ ਹੋਇਆ ਤੁਸੀਂ ਸਟੂਡੈਂਟਸ ਨੂੰ ਕੀ ਗਾਈਡ ਕਰੋਗੇ ਹਰਜੋਤ ਇਹ ਹੈ ਕਿ ਜਿਹੜਾ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਹੈ ਉਹ ਥੋੜੀ ਘਬਰਾਹਟ ਜਿੱਦੀ ਜ਼ਰੂਰ ਹੈ ਪਰ ਇਹ ਚੀਜ਼ਾਂ ਪਰਮਾਨੈਂਟ ਨਹੀਂ ਹੁੰਦੀ ਕਿਸੇ ਵੀ ਕੰਟਰੀ ਵਾਸਤੇ ਇਹ ਡਿਪਲੋਮੈਟਿਕ ਕੁਝ ਪ੍ਰੋਬਲਮਸ ਚੱਲ ਰਹੀਆਂ ਪੋਲੀਟੀਕਲ ਪ੍ਰੋਬਲਮਸ ਚੱਲ ਰਹੀਆਂ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣੇ ਆ ਸਾਰਿਆਂ ਨੂੰ ਹੀ ਪਤਾ ਹੈ ਠੀਕ ਹੈ ਜਦ ਵੀ ਇਦਾਂ ਦੀ ਕੋਈ ਚੀਜ਼ ਹੁੰਦੀ ਹੈ ਪ੍ਰੈਜ਼ੈਂਟ ਗਵਰਨਮੈਂਟ ਆਪਣੇ ਫੇਵਰ ਵਾਸਤੇ ਇਹ ਕੁਝ ਵੀ ਕਹਿ ਲਓ ਹੈਨਾ ਇਹ ਟਾਈਮ ਬੀਇੰਗ ਹਜੇ ਸਿਚੁਏਸ਼ਨ ਇਦਾਂ ਦੀ ਹੈ ਵੈਸੇ ਵੀ ਬੱਚਾ ਹਜੇ ਥੋੜਾ ਜਿਹਾ ਫਰਸਟ ਪ੍ਰਿਫਰਡ ਕੰਟਰੀ ਇਸ ਟਾਈਮ ਨਹੀਂ ਚੱਲ ਰਿਹਾ ਸੀ ਬਿਕਾਜ਼ ਕੁਝ ਟਾਈਮ ਤੋਂ ਉਹਨਾਂ ਨੇ ਵੀਜ਼ਾ ਇੰਨਾ ਦਿੱਤਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਉੱਥੇ ਬੱਚਾ ਬਹੁਤ ਚਲਿਆ ਗਿਆ ਤਾਂ ਮੈਂ ਤਾਂ ਜਦ ਵੀ ਕਹਿੰਦੀ ਸੀ ਕਿ ਤੁਸੀਂ ਮੇਨ ਸਿਟੀ ਵਿੱਚ ਨਾ ਜਾਓ ਰੀਜਨਲ ਪ੍ਰੋਗਰਾਮ ਰੀਜਨਲ ਏਰੀਆਜ਼ ਦੇ ਬਾਅਦ ਰੀਜਨਲ ਏਰੀਆਜ਼ ਦੇ ਵਿੱਚ ਜਾਓ ਜਿੱਥੇ ਜੋਬ ਅਪਰਚ्युनिटीਜ਼ ਵੀ ਹੈ ਪੀਆਰ ਸੰਭਾਵਨਾ ਵੀ ਹੈ ਬਟ ਹਜੇ ਜਿਹੜਾ ਕੁਛ ਅਨ EMPLOIEMENT ਸਿਟੀਜ਼ ਦੇ ਵਿੱਚ ਔਰ ਕੁਝ ਪੋਲੀਟੀਕਲ ਅਨਰੈਸਟ ਕਰਕੇ ਹਜੇ ਸਟੂਡੈਂਟ ਦੀ ਪ੍ਰਿਫਰਡ ਡੈਸਟੀਨੇਸ਼ਨ ਨਹੀਂ ਰਹਿ ਗਈ ਹੈ ਔਰ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਕੈਰੀਅਰ ਬਣਾਉਣਾ ਚਾਹੁੰਦੇ ਆ ਮੇਰੇ ਕੋਲ ਵੀ ਜਦ ਕਾਉਂਸਲਿੰਗ ਆਉਂਦੀ ਹੈ ਫਰਸਟ ਪ੍ਰਿਫਰਡ ਕੰਟਰੀ ਇਸ ਟਾਈਮ ਆਸਟ੍ਰੇਲੀਆ ਚ ਰਹੀ ਹੈ ਉਹਦਾ ਰੀਜ਼ਨ ਹੈ बिकॉज ਆਫ ਕਲਾਈਮੇਟ बिकॉज ਆਫ ਜਿਹੜੀ ਜੌਬ ਅਵੇਲੇਬਿਲਟੀ ਪੈਸਾ ਠੀਕ ਬਣ ਰਿਹਾ ਬੱਚੇ ਨੂੰ ਫੀਸਾਂ ਆਪਣੇ ਕਾਫੀ ਹੱਦ ਤੱਕ ਕੱਢ ਲੈਂਦੇ ਆ ਤੇ ਉਹਦੇ ਬਾਅਦ ਜਿਹੜੀ ਕੰਟਰੀ ਆ ਜਾਂਦੀ ਹੈ ਜ ਜੇ ਫੀਸ ਆਫਟਰ ਵੀਜ਼ਾ ਕਰਨਾ ਤੁਸੀਂ ਏਜੰਟਾਂ ਦੇ ਚੱਕਰ ਚ ਨਾ ਫਸੋ ਮੈਂ ਤੇ ਬਾਰ ਬਾਰ ਕਹਿੰਨੀ ਆ ਕਿ ਤੁਸੀਂ ਆਪਣੇ ਡਾਕੂਮੈਂਟ ਸਹੀ ਲਗਾਓ ਤੁਸੀਂ ਨਿਊਜ਼ੀਲੈਂਡ ਕਰ ਲਓ ਰੀਜ਼ਨ ਬੀਇੰਗ ਕਿ ਤੁਸੀਂ ਜਿਹੜਾ ਆਪਣਾ ਪੈਸਾ ਲਾਓ ਵੀਜ਼ੇ ਦੇ ਬਾਹਰ ਲਾਣਾ ਚਾਹੁੰਦੇ ਹੋ ਸਭ ਤੋਂ ਸਹੀ ਕੰਟਰੀ ਹੈ ਬੈਂਕ ਲੋਨ ਦੇ ਰਿਆ ਤੁਹਾਨੂੰ 100% ਲੋਨ ਤੇ ਫਾਈਲ ਐਕਸੈਪਟ ਹੋਏਗੀ ਤੇ ਉਹ ਵੀ ਤੁਹਾਡੀ ਪ੍ਰਿਫਰਡ ਡੈਸਟੀਨੇਸ਼ਨ ਬਣ ਸਕਦੀ ਹੈ ਯੂਰਪ ਹੈ ਬਹੁਤ ਅੱਛੀ ਅੱਛੀ ਕੰਟਰੀਆਂ ਹੈ ਯੂ ਐਸ ਏ ਹੈ ਕਿਉਂਕਿ ਤੁਹਾਨੂੰ ਉਹਦੇ ਵਾਸਤੇ ਆਪਣਾ ਪ੍ਰੋਫਾਈਲ ਭੇਜਣਾ ਪਏਗਾ ਮੈਂ ਆਪਣਾ ਤੁਹਾਨੂੰ ਪਰਸਨਲ ਨੰਬਰ ਦਿੰਨੀ ਆ 9815657184 ਮੇਰਾ ਪਰਸਨਲ ਨੰਬਰ ਹੈ ਤੁਸੀਂ ਜਸ ਸੀਰੀਅਸ ਸਟੂਡੈਂਟ ਹੋ ਕਿਉਂਕਿ ਕੀ ਹੈ ਤੁਸੀਂ ਮੇਰੇ ਪਰਸਨਲ ਨੰਬਰ ਤੇ ਖਾਲੀ ਇਹ ਪੁੱਛੋਗੇ ਮੇਰੇ ਵੀਜ਼ਾ ਦੇ ਕੀ ਚਾਂਸਸ ਹੈ ਜਾਂ ਤੇ ਉਹ ਮੇਰਾ ਟਾਈਮ ਵੇਸਟ ਹੈ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜੇ ਤੁਹਾਡਾ ਪ੍ਰੋਫਾਈਲ ਅੱਛਾ ਹੈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਮੇਰੇ ਕੋਲ ਜਦ ਮਰਜ਼ੀ ਚ 24 ਘੰਟੇ ਚ ਕਦੀ ਵੀ ਫੋਨ ਕਰ ਲਓ ਤਨੂੰ ਰਿਪਲਾਈ ਮਿਲੇਗਾ ਹੁਣ ਨਹੀਂ ਮਿਲੇਗਾ ਕੈਂਟੇ ਬਾਅਦ ਮਿਲੇਗਾ WhatsApp ਛੱਡ ਦਿਓ ਲੇਕਿਨ ਤੁਹਾਡਾ ਤੁਹਾਡਾ ਮਤਲਬ ਇਹ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਜ਼ਿੰਦਗੀ ਚ ਕੁਝ ਬੰਨਣਾ ਹੈ ਤੇ ਵੀ ਨਾ ਮੈਡਮ ਕੋ ਲਾਣਾ ਬਿਲਕੁਲ ਹੈਨਾ ਜੇ ਤੁਸੀਂ ਖਾਲੀ ਟਾਈਮ ਵੇਸਟ ਕਰਨਾ ਹੈ ਤੇ ਮੇਰਾ ਪਲੀਜ਼ ਟਾਈਮ ਵੇਸਟ ਨਾ ਕਰਨਾ ਕਦੇ ਵੀ ਤੁਸੀਂ ਜ਼ਿੰਦਗੀ ਚ ਬੰਨਣਾ ਮੇਰਾ ਇੰਨਾ ਸਟੂਡੈਂਟ ਮੈਂ ਭੇਜਿਆ ਹੋਇਆ ਹੈ 26 ਸਾਲਾਂ ਚ ਹਜ਼ਾਰਾਂ ਹਜ਼ਾਰ ਸਟੂਡੈਂਟ ਭੇਜਦਾ ਹੈ ਔਰ ਗਰੁੱਪ ਦੇ ਗਰੁੱਪ ਭੇਜੇ ਹੋਏ ਹੈ ਇੱਕ ਪਿੰਡ ਤੋਂ ਜਾਂਦਾ ਤਾਂ ਮੈਂ ਕੱਲ 50 50 ਸਟੂਡੈਂਟ ਉਹ ਕਰਕੇ ਗਿਆ ਤੇ ਇਸ ਕਰਕੇ ਅਸੀਂ ਬਹੁਤ ਬਿਜ਼ੀ ਹੁੰਨੇ ਆ ਪਰ ਅچھے ਸਟੂਡੈਂਟ ਵਾਸਤੇ ਮੇਰਾ ਹਮੇਸ਼ਾ ਮੇਰਾ ਟਾਈਮ ਉਹਨਾਂ ਦੇ ਵਾਸਤੇ ਹੈ ਤਾਂ ਤੁਸੀਂ ਮੈਨੂੰ ਜਦ ਮਰਜ਼ੀ ਫੋਨ ਕਰੋ ਤੁਸੀਂ ਯੂ ਐਸ ਫੀਸ ਆਫਟਰ ਵੀਜ਼ਾ ਤੁਹਾਡਾ ਨਿਊਜ਼ੀਲੈਂਡ ਫੀਸ ਆਫਟਰ ਵੀਜ਼ਾ ਡੈਨਮਾਰਕ ਤੁਹਾਨੂੰ ਕੋਈ ਫੰਡ ਨਹੀਂ ਸ਼ੋ ਕਰਨਾ ਕਿਉਂਕਿ ਸਾਰੀ ਕੰਟਰੀਆਂ ਚ ਫੰਡ ਸ਼ੋ ਕਰਦੇ ਆ ਡੈਨਮਾਰਕ ਇਦਾਂ ਦੀ ਕੰਟਰੀ ਹੈ ਸਟੂਡੈਂਟ ਨੇ ਖਾਲੀ ਫੀਸ ਦੇਣੀ ਆ ਔਰ ਵੀਜ਼ਾ ਲਗਵਾਉਣਾ ਕੋਈ ਫੰਡ ਨਹੀਂ ਸ਼ੋ ਕਰਨਾ ਸਪਾਊਸ ਵੀਜ਼ਾ ਵੀ ਉਹਦੇ ਵਿੱਚ ਅਲਾਉਡ ਹੈ ਤੁਸੀਂ ਇਹ ਦੇਖੋ ਜੈ ਸਪਾਊਸ ਵੀਜ਼ਾ ਦੀ ਗੱਲ ਕਰੀ ਆਸਟ੍ਰੇਲੀਆ ਨਿਊਜ਼ੀਲੈਂਡ ਡੈਨਮਾਰਕ ਤਿੰਨ ਕੰਟਰੀਆਂ ਹੁੰਦੀਆਂ ਤੇ ਸਪਾਊਸ ਵੀਜ਼ਾ ਵੀ ਤੁਸੀਂ ਉਹਦੇ ਵਿੱਚ ਲਵਾ ਸਕਦੇ ਹੋ ਕੰਟਰੀ ਇੱਕ ਇੱਕ ਕਰਕੇ ਹਰ ਕੰਟਰੀ ਦੀ ਆਪਣੀ ਕੋਈ ਨਾ ਕੋਈ ਜਿੰਨੂੰ ਕਹਿੰਦੇ ਆ ਖਾਸੀਅਤ ਹੁੰਦੀ ਹੈ ਜਿਹਦੇ ਵਾਸਤੇ ਸਟੂਡੈਂਟ ਅਪਲਾਈ ਕਰਦੇ ਆ ਹੁਣ ਤੁਹਾਡੇ ਜੇ ਆਪਾਂ ਚਾਂਸਸ ਕਹੀਏ ਵੀਜ਼ਾ ਚਾਂਸਸ ਉਹ ਵੀ ਕੀ ਹੁੰਦਾ ਤੁਹਾਡਾ ਆਇਲਟਸ ਦਾ ਸਕੋਰ ਕੀ ਹੈ ਤੁਸੀਂ ਵਿਦ ਆਇਲਸੋ ਵਿਦਆਊਟ ਆਇਲਸੋ ਜੇ ਵਿਦਆਊਟ ਆਇਲਸੋ ਸਪੀਕਿੰਗ ਹਰ ਕੰਟਰੀ ਵਾਸਤੇ ਤੁਹਾਡੀ ਸਪੀਕਿੰਗ ਅੱਛੀ ਹੋਣੀ ਚਾਹੀਦੀ ਹੈ ਖੱਲ ਇਟਲੀ ਵਾਸਤੇ ਕੋਈ ਇਦਾਂ ਦਾ ਸਪੈਸ਼ਲ ਇੰਟਰਵਿਊ ਨਹੀਂ ਛੋਟਾ ਜਿਹਾ ਹੁੰਦਾ ਲੇਕਿਨ ਬਾਕੀ ਕੰਟਰੀਆਂ ਵਾਸਤੇ ਸਾਨੂੰ ਈਵਨ ਲਾਤਵੀਆ ਲਿਥੋਇਨੀਆ ਵਾਸਤੇ ਸਾਨੂੰ ਕੰਫੀਡੈਂਸ ਲੈਵਲ ਚਾਹੀਦਾ ਇੰਗਲਿਸ਼ ਸਪੀਕਿੰਗ ਅੱਛੀ ਹੋਣੀ ਚਾਹੀਦੀ ਹੈ ਤਾਂ ਹੀ ਮੈਂ ਤੁਹਾਨੂੰ ਪਹੁੰਚਾ ਸਕਦੀ ਹਾਂ ਜੇ ਤੁਸੀਂ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਤੁਸੀਂ ਪਾਥਵੇ ਪ੍ਰੋਗਰਾਮ ਯੂਕੇ ਦਾ ਲੈ ਸਕਦੇ ਹੋ 1 ਸਾਲ ਉੱਥੇ ਪੜ੍ਹ ਕੇ ਫਿਰ ਤੁਸੀਂ ਕੈਨੇਡਾ ਦਾ 2-4 ਮਹੀਨੇ ਚ ਮਾਹੌਲ ਦਾ ਵੇਟ ਕਰ ਸਕਦੇ ਹੋ ਹਰ ਹਰ ਕੰਟਰੀ ਦਾ ਮਾਹੌਲ ਕਦੀ ਵੀ ਕੋਈ ਪੋਲੀਟੀਕਲ ਅਨਰੈਸਟ ਹੁੰਦਾ ਹੈ ਉਹ 2-3-4 ਮਹੀਨੇ ਦਾ ਹੀ ਹ ਇਸ ਕਰਕੇ ਉਹਦੇ ਬਾਅਦ ਆਪਣਾ 1 ਇਅਰ ਦਾ ਤੁਸੀਂ ਟਾਈਮ ਯੂਟਿਲਾਈਜ਼ ਕਰ ਸਕਦੇ ਹੋ ਜਾਂ ਕੈਨੇਡਾ ਹੀ ਜਾਣ ਦੇ ਚਾਹਵਾਨ ਹੋ ਯੂਕੇ ਪਾਥਵੇ ਪ੍ਰੋਗਰਾਮ ਲੈ ਕੇ ਤੁਸੀਂ ਕੈਨੇਡਾ ਚਲੇ ਜਾਓ ਥੈਟਸ ਅਗੇਨ ਅ ਵੈਰੀ ਗੁੱਡ ਆਪਸ਼ਨ ਹਾਂ ਹਾਂ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਸੋ ਸਾਰੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਚਾਹੇ ਯੂਕੇ ਪਾਠਵੇ ਪ੍ਰੋਗਰਾਮ ਦੀ ਗੱਲ ਕਰੀਏ ਨਿਊਜ਼ੀਲੈਂਡ ਜਿੱਥੇ ਕਿ ਤੁਸੀਂ ਸਪਾਊਸ ਦੇ ਨਾਲ ਜਾ ਸਕਦੇ ਹੋ ਔਰ ਜਿੱਥੇ ਤੁਸੀਂ ਫੀਸ ਵੀ ਜਿਹੜੀ ਹੈ ਵੀਜ਼ਾ ਅਪਰੂਵਲ ਤੋਂ ਬਾਅਦ ਦੇਣੀ ਹੈ ਯੂਐਸ ਨੂੰ ਲੱਗੇ ਵੀ ਚੰਗੀਆਂ ਆਪਸ਼ਨਸ ਨੇ ਉਧਰ ਆਪਾਂ ਯੂਰਪ ਦੀ ਗੱਲ ਕਰੀਏ ਬਹੁਤ ساری ਆਪਸ਼ਨਸ ਹੈ ਜਿੱਥੇ ਤੁਸੀਂ ਫ੍ਰੀ ਐਜੂਕੇਸ਼ਨ ਵੀ ਲੈ ਸਕਦੇ ਹੋ ਸੋ ਇਹਨਾਂ ਸਾਰੀਆਂ ਕੰਟਰੀਜ਼ ਇਹਨਾਂ ਸਾਰੀ ਆਪਸ਼ਨਸ ਬਾਰੇ ਅਲੱਗ-ਅਲੱਗ ਅਸੀਂ ਵੀਡੀਓਜ਼ ਵੀ ਬਣਾਈਆਂ ਹੋਈਆਂ ਹਨ ਤੁਸੀਂ ਚੈਨਲ ਦੇ ਵਿੱਚ ਜਾ ਕੇ ਜੋ ਹੈ ਇਹਨਾਂ ਵੀਡੀਓਜ਼ ਵਿੱਚ ਪਾਰ ਉਹ ਵੀ ਵੀਡੀਓ ਦੇਖ ਸਕਦੇ ਹੋ ਚੀਜ਼ਾਂ ਨੂੰ ਹੋਰ ਡਿਟੇਲ ਵਿੱਚ ਜ਼ਰੂਰ ਸਮਝ ਸਕਦੇ ਹੋ ਅਸੀਂ ਇਹ ਵੀਡੀਓ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਟੂਡੈਂਟ ਜਿਹੜਾ ਕੈਨੇਡਾ ਅਪਲਾਈ ਕਰਨਾ ਚਾਹੁੰਦਾ ਸੀ ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਅਸੀਂ ਰੁਕ ਜਾਈਏ ਤਾਂ ਰੁਕਣਾ ਤੁਹਾਨੂੰ ਨਹੀਂ ਚਾਹੀਦਾ ਗੈਪ ਵੱਜ ਜਾਏਗਾ ਤਾਂ ਤੁਹਾਡੇ ਲਈ ਬਾਕੀ ਆਪਸ਼ਨਸ ਵੀ ਹੌਲੀ ਹੌਲੀ ਬੰਦ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਬਹੁਤ ਸਾਰੀਆਂ ਚੰਗੀਆਂ ਆਪਸ਼ਨਸ ਨੇ ਜੋ ਹਲੇ ਵੀ ਤੁਹਾਡਾ ਤੁਹਾਨੂੰ ਵੈਲਕਮ ਕਹਿ ਰਹੀਆਂ ਨੇ ਤਾਂ ਤੁਸੀਂ ਜ਼ਰੂਰ ਉਹਨਾਂ ਆਪਸ਼ਨਸ ਦਾ ਫਾਇਦਾ ਲੈ ਸਕਦੇ ਹੋ ਮੈਮ ਨੂੰ ਮਿਲ ਕੇ ਹੋਰ ਡੀਪ ਜਾ ਕੇ ਤੁਸੀਂ ਚੀਜ਼ਾਂ ਨੂੰ ਸਮਝਣਾ ਚਾਹੁੰਦੇ ਹੋ ਤਾਂ ਜ਼ਰੂਰ ਨੈਵੀਗੇਟਰਜ਼ ਤੁਸੀਂ ਆਓ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਬੈਸਟ ਆਪਸ਼ਨਸ ਜੋ ਹੈ ਗਾਈਡ ਕੀਤੀਆਂ ਜਾ ਸਕਣ ਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੇ ਕਿ ਤੁਸੀਂ ਅੱਜ ਦੇ ਟਾਈਮ ਵਿੱਚ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ ਉਸ ਨੂੰ ਲੈ ਕੇ ਚੰਗੇ ਢੰਗ ਨਾਲ ਗਾਈਡ ਕੀਤਾ ਹੈ ਬਾਕੀ ਸਟੂਡੈਂਟਸ ਜੋ ਨੇ ਸੰਡੇ ਮੰਡੇ ਅਤੇ ਟਿਊਜ਼ਡੇ ਲਾਈਵ ਸੈਸ਼ਨ ਵਿੱਚ ਵੀ ਤੁਸੀਂ ਮੈਮ ਦੇ ਨਾਲ ਜੁੜ ਸਕਦੇ ਹੋ ਰਾਤ 8:30 ਵਜੇ ਐਤਵਾਰ ਸੋਮਵਾਰ ਮੰਗਲਵਾਰ ਬਹੁਤ سارے ਸਟੂਡੈਂਟਸ ਲਗਾਤਾਰ ਇਸ ਲਾਈਵ ਸੈਸ਼ਨ ਦੇ ਵਿੱਚ ਮੈਮ ਨਾਲ ਜੁੜ ਕੇ ਰਾਈਟ ਆਪਸ਼ਨਸ ਬਾਰੇ ਜਾਣ ਪਾਰੇ ਨੇ ਔਰ ਅੱਗੋਂ ਕਿਵੇਂ ਅੱਗੇ ਵਧਣ ਮੈਮ ਤੋਂ ਰਾਈਟ ਗਾਈਡੈਂਸ ਲੈ ਰਹੇ ਨੇ ਤੇ ਤੁਸੀਂ ਵੀ ਬਾਕੀ ਜਿਨ੍ਹਾਂ ਨੂੰ ਹਲੇ ਨਹੀਂ ਪਤਾ ਹੈ ਤੁਸੀਂ ਜ਼ਰੂਰ ਐਤਵਾਰ ਸੋਮਵਾਰ ਮੰਗਲਵਾਰ ਰਾਤ 8:30 ਵਜੇ ਇਸ ਚੈਨਲ ਦੇ ਉੱਪਰ ਲਾਈਵ ਸੈਸ਼ਨ ਦੇ ਵਿੱਚ ਜੁੜੋ ਤੇ ਆਪਣੀ ਪ੍ਰੋਫਾਈਲ ਨੂੰ ਡਿਸਕਸ ਕਰਕੇ ਰਾਈਟ অপਸ਼ਨਸ ਨਾਲ ਲੱਗੇ ਵਦੋ ਬਾਕੀ ਹੋਰ ਕੋਈ ਸਵਾਲ ਹੋਵੇ ਸਟੂਡੈਂਟਸ ਆ ਤਾਂ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਵੀ ਸਾਂਝੇ ਕਰ ਸਕਦੇ ਹੋ ਆਪਣੇ ਸਵਾਲ ਤਾਂ ਕਿ ਉਹਨਾਂ ਟੌਪਿਕਸ 'ਤੇ ਵੀ ਅਸੀਂ ਹੋਰ ਵੀਡੀਓਜ਼ ਜ਼ਰੂਰ ਲੈ ਕੇ ਆਈਏ ਤੇ ਬਾਕੀ ਹੋਰ ਸਟੂਡੈਂਟਸ ਨੂੰ ਵੀ ਅਸੀਂ ਟਾਈਮਲੀ ਅਵੇਅਰ ਕਰੀਏ ਅੱਗੋਂ ਵੀ ਅਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਹੀ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ